ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਫਰੀਦਕੋਟ ਖੜ੍ਹੇ ਹਾਂ। ਇੱਕ ਮੈਂ ਪਹਿਲਾਂ ਗੱਲ ਕਰ ਦਿੰਦਾ ਕਿ ਵੀਡੀਓ ਨੂੰ ਸ਼ੇਅਰ ਕਰਨਾ ਕਿਉਂ ਨਾ ਭੁੱਲੋ, ਕਿਉਂਕਿ ਇੱਦਾਂ ਦੀਆਂ ਬਹੁਤ ਸਾਰੀ ਛੋਟੀਆਂ ਭੈਣਾਂ ਨਾ ਇੱਦਾਂ ਦੇ ਢੇਰੀ ਢਾ ਕੇ ਬੈਠ ਜਾਂਦੀਆਂ ਨੇ, ਹਾਰ ਮੰਨ ਜਾਂਦੀਆਂ ਨੇ। ਇਹ ਤਿੰਨ ਛੋਟੀ ਭੈਣਾਂ ਮਿਸਾਲ ਹੈ ਕਿਵੇਂ ਔਖੇ ਹਾਲਾਤਾਂ ਨੂੰ ਲੜ ਕੇ ਉਹਨਾਂ ਤੋਂ ਜਿੱਤਿਆ ਜਾ ਸਕਦਾ ਹੈ। ਸੰਗਤ ਦੀ ਸਪੋਰਟ ਨਾਲ ਉਸ ਅਕਾਲ ਪੁਰਖ ਦੀ ਓਟ ਆਸਰੇ ਦੇ ਵਿੱਚ ਹੈ ਨਾ, ਲਗਾਤਾਰ ਸੇਵਾ ਸਹਿਯੋਗ ਚੱਲ ਰਿਹਾ। ਬਹੁਤ ਸਾਰੇ ਸਟੂਡੈਂਟਸ ਨੂੰ ਅਲੱਗ ਅਲੱਗ, ਚਾਹੇ BSc ਹੈ, MBBS ਹੈ, ਅਲੱਗ ਅਲੱਗ ਤਰੀਕੇ ਨਾਲ ਇਹਨਾਂ ਤਿੰਨ ਛੋਟੇ ਬੱਚਿਆਂ ਨੂੰ ਵੀ 3 ਸਾਲ ਤੋਂ ਲਗਾਤਾਰ ਸੰਗਤ ਵੱਲੋਂ ਲਗਾਤਾਰ ਫੀਸਾਂ ਭਰੀਆਂ ਜਾ ਰਹੀਆਂ। ਲਾਸਟ ਈਅਰ ਜੈਟ ਸਿੰਘ ਟਰੱਸਟ ਨੇ ਭਰੀ ਸੀਗੀ 1.5 ਲੱਖ ਰੁਪਏ ਲਗਭਗ, ਅੱਜ ਭਰ ਕੇ ਆਏ ਹਾਂ। 50-50 ਹਜ਼ਾਰ ਰੁਪਏ ਹਰੇਕ ਸਾਲ ਫੀਸ ਬਣਦੀ ਹੈ, ਐਨੂਅਲ ਫੀਸ ਹੈ ਨਾ। ਔਰ ਹੁਣ ਫਾਈਨਲ ਈਅਰ ਆ ਗਿਆ ਤੁਹਾਡਾ ਸਾਰਿਆਂ ਦਾ? ਹਾਂ ਲਗਾਤਾਰ ਹੈ ਨਾ, ਪੜ੍ਹਾਈ ਠੀਕ ਚੱਲ ਰਹੀ ਹੈ? ਚਲੋ ਬਹੁਤ ਵਧੀਆ ਗੱਲ ਹੈ। ਮੈਨੂੰ ਦੱਸੋਗੇ ਕਿੰਨੇ ਕੁ ਔਖੇ ਹਾਲਾਤ ਸੀਗੇ ਹੈ ਨਾ? ਤੁਹਾਡੇ ਪਿਤਾ ਜੀ ਭੱਠੇ 'ਤੇ ਕੰਮ ਕਰਦੇ ਨੇ ਹੈ ਨਾ, ਭੱਠੇ 'ਤੇ ਹੈ ਨਾ, ਵਹੀਕਲ ਯੂਨਿਟ ਹੁੰਦੀ ਹੈ, ਉਸ 'ਚ ਆਰਥਿਕ ਹਾਲਾਤ ਕਿੰਨੇ ਕੁ ਜ਼ਿਆਦਾ ਵਿਗੜ ਜਾਂਦੇ ਨੇ? ਤੁਸੀਂ ਅੱਛੀ ਤਰ੍ਹਾਂ ਰੂਬਰੂ ਹੋ ਨਾ, ਮੈਨੂੰ ਦੱਸੋਗੇ ਕਿੰਨੇ ਕੁ ਔਖੇ ਹਾਲਾਤਾਂ ਦੇ ਵਿੱਚ ਢੇਰੀ ਢਾਈ ਔਰ ਅੱਗੇ ਵਧੇ? ਬਹੁਤ ਔਖਾ ਸੀਗੀ ਸਾਨੂੰ, ਕਈ ਵਾਰੀ ਤਾਂ ਰੋਟੀ ਵੀ ਅਸੀਂ ਵੇਖਦੇ ਸੀ ਵੀ ਕਾਹਦੇ ਨਾਲ ਖਾਣੀ ਹੈ। ਅੱਛਾ, ਵੀ ਜਦੋਂ ਭੱਠੇ 'ਤੇ ਰਹਿੰਦੇ ਸੀਗੇ ਤੇ ਕੰਮ ਵੀ ਅਸੀਂ ਸਾਰੇ ਕਰਦੇ ਸੀਗੇ, ਐ ਨਹੀਂ ਕਿ ਕੰਮ ਨਹੀਂ ਕਰਦੇ ਸੀ, ਵੀ ਸਕੂਲੋਂ ਆ ਜਾਂਦੇ ਸੀ ਤੇ ਕੰਮ ਕਰਨ ਲੱਗ ਜਾਂਦੇ ਸੀ, ਪਰ ਇੱਥੇ ਅਸੀਂ ਤੁਹਾਡੇ ਕਰਕੇ ਪਹੁੰਚੇ ਹਾਂ। ਵਾਹਿਗੁਰੂ, ਮੇਰੀ ਸ਼ਕਲ ਹੈ, ਸੰਗਤ ਦੇਖ ਰਹੀ ਹੈ ਤੁਹਾਨੂੰ, ਉਹ ਵੀਰਾਂ ਨੇ ਉਹ ਭੈਣਾਂ ਨੇ ਤੁਹਾਡੇ ਲਈ ਸਭ ਕੁਝ ਭੇਜਿਆ। ਰੱਖੜੀ ਹੁਣੇ ਪਰਸੋਂ ਗਈ ਹੈ, ਰੱਖੜੀ ਤੇ ਤੁਹਾਡੀ ਬੜੀ ਭੈਣਾਂ ਨੇ, ਵੀਰਾਂ ਨੇ ਤੁਹਾਡੇ ਲਈ ਸ਼ੂਜ਼ ਔਰ ਬਹੁਤ ਸੋਹਣੇ ਸੋਹਣੇ ਸੂਟ ਭੇਜੇ ਨੇ ਹੈ ਨਾ। ਉਸ ਤੋਂ ਇਲਾਵਾ ਸੰਗਤ ਨੇ ਤੁਹਾਡੇ ਲਈ 6,000 ਰੁਪਏ ਦਾ ਚੈੱਕ ਭੇਜਿਆ ਹੈ, ਪਰ ਬੱਚੇ 2-2 ਹਜ਼ਾਰ ਰੁਪਏ ਤੁਹਾਡੇ ਅਕਾਊਂਟ 'ਚ ਲਾਉਂਗੇ ਤੁਸੀਂ, ਔਰ 3-4 ਦਿਨ ਦੇ ਵਿੱਚ ਤੁਹਾਡੇ ਖਾਤੇ 'ਚ ਪੈਸੇ ਆ ਜਾਣਗੇ। 3 ਬੱਚਿਆਂ ਲਈ 2-2 ਹਜ਼ਾਰ ਰੁਪਏ ਨੇ, ਠੀਕ ਹੈ ਬੱਚੇ? ਸੋ ਬਹੁਤ ਸ਼ੁਕਰੀਆ। ਕਿਵੇਂ ਲੱਗ ਰਿਹਾ, ਸਾਰੇ ਸਾਲ ਦੀ ਫੀਸ ਸੰਗਤ ਵੱਲੋਂ ਭਰੀ ਜਾਂਦੀ ਹੈ, ਤੁਹਾਨੂੰ ਰੱਖੜੀ ਤੇ ਗਿਫਟ ਵੀ ਮਿਲ ਗਏ ਬੜੇ ਚੰਗੇ ਚੰਗੇ? ਸਮਾਈਲ ਅੰਦਰ ਨਹੀਂ ਹੋ ਰਹੀ ਮੈਨੂੰ ਦਿਖ ਰਿਹਾ ਹੈ ਨਾ, ਅੱਛੀ ਗੱਲ ਹੈ ਹੈ ਨਾ। ਦੇਖੋ 20-22 ਸਾਲ ਦੇ ਬੱਚੇ ਨੇ, ਮਨ 'ਚ ਚਾਅ ਹੁੰਦੇ ਹੈ ਨਾ ਅੱਛਾ ਕੱਪੜਾ ਪਾਉਣ ਦਾ, ਹਰ ਕਿਸੇ ਨੇ ਇਸ ਉਮਰ 'ਚ ਹੁੰਦਾ ਨਾ। ਸੋ ਬਹੁਤ ਸ਼ੁਕਰੀਆ ਸੰਗਤ ਦਾ, ਜੋ ਹਰ ਰੂਪ ਦੇ ਵਿੱਚ ਹਰ ਤਰ੍ਹਾਂ ਸਪੋਰਟ ਕਰਦੀ ਹੈ, ਬਹੁਤ ਬਹੁਤ ਸ਼ੁਕਰੀਆ। ਹੁਣ GNM ਕਰਨ ਤੋਂ ਬਾਅਦ ਕਿਆ ਪਲਾਨ ਅੱਗੇ? ਸਾਡੇ ਉੱਥੇ ਸੇਵਾ ਸਹਿਯੋਗ ਚੱਲਦਾ ਹੈ, ਸਾਡੇ ਨਾਲ ਸੇਵਾ ਵੀ ਕਰੋਗੇ ਥੋੜ੍ਹੀ ਜਿਹੀ? ਕਰੋਗੇ ਪੱਕਾ? ਸੰਗਤ ਜੀ, ਇਸ ਤਰ੍ਹਾਂ ਇਹ ਬੱਚੇ ਤੁਹਾਡੀ ਮਾਇਆ ਰੂਪੀ ਦਸਵੰਧ ਕੱਢੇ, ਜੋ ਤੁਸੀਂ ਆਪਣੀ ਮਿਹਨਤਾਂ ਦੀ ਕਮਾਈਆਂ ਦੇ ਵਿੱਚੋਂ, ਉਸੇ ਇਹ ਬੱਚੇ ਇਸ ਤਰ੍ਹਾਂ ਮੁੱਲ ਵੀ ਮੋੜਨ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ, ਸਰਵਮੈਂਟਰੀ ਦੇ ਪਲੇਟਫਾਰਮ ਦੇ ਵਿੱਚ ਇਹ ਸੇਵਾ ਸਹਿਯੋਗ ਵੀ ਕਰਨ ਵਾਲੇ ਨੇ, ਕਿਉਂਕਿ ਨਰਸਿੰਗ ਤੋਂ ਬਿਲੋਂਗ ਕਰਦੇ ਔਰ 3rd ਸੈਂਟਰ ਬਣ ਰਿਹਾ ਜਿੱਥੇ ਇੱਦਾਂ ਦੀ ਭੈਣਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੋਣ ਵਾਲਾ। ਹੁਣ ਸੰਗਤ ਜੀ, ਤੁਹਾਡੇ ਤੋਂ ਕਿਆ ਬੇਨਤੀਆਂ ਨੇ? ਪਲੀਜ਼ ਆਨਲਾਈਨ ਟੀਮ ਬਣ ਕੇ ਲਗਾਤਾਰ ਇਨ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਇੱਦਾਂ ਦੇ ਬਹੁਤ ਸਾਰੇ ਛੋਟੇ ਬੱਚੇ ਢੇਰੀ ਢਾ ਕੇ ਥਾਂ ਥਾਂ 'ਤੇ ਅੱਡ ਅੱਡ ਜ਼ਿਲ੍ਹਿਆਂ 'ਚ ਬੈਠੇ ਹੈ, ਔਰ ਉਹ ਕਿਤੇ ਨਾ ਕਿਤੇ ਸੰਗਤ ਦੇ ਸਪੋਰਟ ਦੀ ਉਮੀਦ ਕਰਦੇ ਹੈ ਨਾ। ਤੁਸੀਂ ਸਾਨੂੰ ਬਿਲਕੁਲ ਮੈਸੇਜ ਕਰੋ, ਪੇਜ 'ਤੇ ਫੋਲੋ ਕਰੋ, ਸ਼ਾਇਦ ਤੁਹਾਨੂੰ ਇਹ ਵੀਡੀਓ ਵਟਸਐਪ 'ਤੇ ਮਿਲ ਰਿਹਾ ਤਾਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ, ਸਰਵ ਹਿਊਮੈਨਿਟੀ ਸਰਵ ਗੋਡ ਹੈ ਨਾ, ਇਹ ਫੇਸਬੁੱਕ 'ਤੇ ਗੂਗਲ 'ਤੇ ਲਿਖੋਗੇ ਖੁੱਲ ਜਾਏਗਾ, ਜਾਂ ਤੁਸੀਂ ਸਾਨੂੰ shsg.co.in 'ਤੇ ਲਿਖ ਕੇ ਸਾਨੂੰ ਗੂਗਲ 'ਤੇ ਲੱਭ ਸਕਦੇ ਹੋ ਬੜੇ ਈਜ਼ਲੀ। ਤੋ ਸੰਗਤ ਜੀ, ਇੱਕ ਵਾਰੀ ਹੱਥ ਜੋੜ ਕੇ ਦੁਬਾਰਾ ਬੇਨਤੀਆਂ ਕਰਦਾ ਹੈ, ਔਰ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਜੀ? ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰੂੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।